आनंद म्यूजिक प्रेजेंट्स मुर्गे दी दाल बोतल नाल एक हाथ जरदा डब्बी च काला माल अपना ता रोज नवा साल तू सुना तेरा की हाल है। रुक जा किसे गल च तलाजिया कर थले ला बंदा आओगे जे तीमी दे थले लग गए ता लख लान ता चंगा चंगा मैं हारी आ लाए कन्ना नु हाथ बस ओ कन्ना नु हाथ ता साडी सरकार ने लवाए पए आ साडी गल विच ए सरकार कित्थों आ गई आही ता सेंटर वाले सोची जांदे आ भी कर्जे दा कीते असी माफ ते बल्ले बल्ले पंजाब सरकार करागी चल ए ता चंगी गल है भी कर्जे माफ हो गए कारां ते एयर कंडीशन सस्ते हो गए आम लोग भी ता साब हो गए आ किसी ने सच कहा भी बकरी नु जिन्ने मर्जी वधिया शैंपू नाल नहा ले उने बकरी हो रहना की मतलब मैनू आए दस भी कार का दे नाल चलू पेट्रोल नाल ते एयर कंडीशन का दे नाल चलू बिजली नाल हां बस आही दो चीजां ता गवर्नमेंट ने सस्तियां ने कीतियां पकना अमली सच बोलदा भेद खोलदा गल सुन लो मेरी हां जी हां जी ਬੰਦਾ ਅੱਜ ਮੋਟਰਸਾਈਕਲ ਸਕੂਟਰ ਤੇ ਕਿਸੇ ਵਹੀਕਲ ਤੇ ਦੋ ਤੋਂ ਵੱਧ ਨਾ ਹੋਵੇ ਠੀਕ ਹੈ ਚਲਾਨ ਕੱਟ ਦੇਣਾ ਫਿਰ ਬੋਣੀ ਕਰੀਏ ਜੀ ਕਿਹਦੀ ਓਏ ਜੀ ਆਪਣੀ ਜੀ ਆਪਾਂ ਫਿਰ ਚਾਰ ਬਹਿ ਗਏ ਆ ਜੀ ਲੈ ਆਪਾਂ ਗਵਰਨਮੈਂਟ ਹੈ ਜਿਵੇਂ ਮਰਜ਼ੀ ਬਹਿ ਕੇ ਆਵਾਂਗੇ ਚਲੋ ਨਾਓ ਨਾਕਾ ਰੋਕੋ ਹਾਂਜੀ ਓ ਜਨਾਬ ਇਹ ਮੁਸ਼ਕ ਬਹੁਤ ਵਧੀਆ ਹੁੰਦਾ ਜੀ ਵਾਕਈ ਸਹੀ ਗੱਲ ਹੈ ਜਨਾਬ ਕਿੱਧਰ ਚੱਲੇ ਜਨਾਬ ਕਾਲਜ ਚੱਲੇ ਆ ਜੀ ਉਹ ਗੱਲ ਸੁਣ ਅੱਜ ਐਤਵਾਰ ਕਿਹੜਾ ਤੇਰੇ ਪਿਓ ਵਾਲਾ ਕਾਲਜ ਆ ਓਏ ਜਨਾਬ ਕਾਲਜ ਕੁਲਜ ਕੋਈ ਨਹੀਂ ਕਿਸੇ ਕੁੜੀ ਨੂੰ ਛੇੜਨ ਚੱਲਿਆ ਜੀ ਸਹੀ ਗੱਲ ਹੈ ਤਾਂਜੋ ਜਨਾਬ ਬਾਲਾ ਵਧੀਆ ਮੁਸ਼ਕ ਆਉਂਦਾ ਇਹਦੇ ਚੋਂ ਬੰਦਾ ਤੂੰ ਪੜਿਆ ਲਿਖਿਆ ਲੱਗਦਾ ਸੋਹਣੇ ਕੱਪੜੇ ਪਾਏ ਆ ਮੁਸ਼ਕ ਵੀ ਆਉਂਦਾ ਤੇ ਕਾਲਜ ਵਾਲੀ ਗੱਲ ਸਮਝ ਨਹੀਂ ਆਈ ਤੇਰੀ ਉਹ ਜਨਾਬ ਇਹਨੂੰ ਕਹਿ ਪਰਸ ਚੈੱਕ ਕਰਵਾ ਇਹ ਕਿਤੇ ਮੁਸ਼ਕ ਮਹਾਤਮਾ ਗਾਂਧੀ ਨੂੰ ਨਾ ਚੜ ਜੇ ਬਿਲਕੁਲ ਸਹੀ ਗੱਲ ਆ ਤੇਰੀ ਚੱਲ ਓਏ ਚੱਲ ਪਰਸ ਚੈੱਕ ਕਰਾ ਰਾਸ਼ਟਰਪਿਤਾ ਨੂੰ ਖਤਮ ਹੋਊਗਾ ਕਰਾ ਮਿੰਟ ਮਾਰ ਚੱਲ ਸੁੱਕਣੇ ਪਾ ਉੱਧਰ ਓਏ ਕੱਟੀ ਚੱਲ ਪਾ ਸੁੱਕਣੇ ਪਾ ਤੂੰ ਆ ਸੁੱਕਣੇ ਤੂੰ ਪਾ ਮੈਂ ਪਾਉਣਾ ਏ ਹੋਰ ਕੱਢ ਹੋਰ ਚੱਲ ਜਨਾਬ ਜਾਵਾਂ ਜੀ ਰੁੱਸ ਜੂਗੀ ਮੇਰੀ ਰਾਣੋ ਹਾਂਜੀ ਅਸੀਂ ਵੀ ਖਾਂਦੇ ਪੀਂਦੇ ਹਾਂ ਤੁਸੀਂ ਵੀ ਮੌਜਾਂ ਮਾਣੋ ਨਾ ਪਕਨਿਆ ਛੱਡ ਸਰਕਾਰੀ ਮਹਿਕਮਿਆਂ ਨੂੰ ਤੂੰ ਸਰਕਾਰ ਦੀ ਗੱਲ ਸੁਣਾ ਸਰਕਾਰ ਦੀ ਜਾਣੀ ਕਿ ਆਪਣੇ ਮੰਤਰੀਆਂ ਦੀ ਹਾਂ ਮੰਤਰੀਆਂ ਦੀ ਲਾ ਮੰਤਰੀਆਂ ਦੀ ਆਪਾਂ ਸ਼ੁਰੂ ਤੋਂ ਸ਼ੁਰੂ ਕਰਦੇ ਆ ਕਹਿੰਦੇ ਜਦੋਂ ਹੁੰਦਾ ਵੋਟਾਂ ਦਾ ਵੇਲਾ ਨਾ ਵੇਲਾ ਵਹਿੰਦੇ ਨਾ ਕਵੇਲਾ ਘਰ ਘਰ ਆਉਂਦੇ ਆ ਤੇ ਮਿੱਠੇ ਪੋਚੇ ਲਾਉਂਦੇ ਆ ਆਪਾਂ ਸਾਰਿਆਂ ਨੂੰ ਪਤਾ ਵੀ ਆ ਝੂਠ ਬੋਲਦੇ ਆ
ਪਰ ਆਪਾਂ ਫੇਰ ਵੀ ਦੇਖ ਲਾ ਇਹਨਾਂ ਨੂੰ ਹੀ ਵੋਟਾਂ ਪਾਉਂਦੇ ਨਾ ਪਕਨਿਆ ਮਿੱਠੇ ਪੋਚੇ ਲਾਉਂਦੇ ਐ ਤੂੰ ਗਾਂ ਕਿਤੇ ਮੈਨੂੰ ਸ਼ੂਗਰ ਨਾ ਕਰਾ ਦੇ ਤੂੰ ਇਹਨਾਂ ਦਾ ਹਾਲ ਆਪ ਹੀ ਦੇਖ ਲਾ ਮਾੜੀ ਰਗੜੀ ਵਜੀ ਤੁਸੀਂ ਮਨ ਹੌਲਾ ਨਾ ਕਰੋ ਮੇਰੀ ਬਹੁਤ ਵਾਕਫੀ ਦਾ ਸੈਕਟਰੀ ਨਹੀਂ ਨਹੀਂ ਕੋਈ ਗੱਲ ਨੀ ਮੈਂ ਪੀਜੇ ਹੁਣੇ ਪੀਜੇ ਅਪੋਲੋ ਬੜੇ ਹਸਪਤਾਲਾਂ ਜਾਂ ਪਤੀ ਚੰਗੀ ਗੱਲਬਾਤ ਹੈ ਤੇ ਮੈਂ ਹੁਣੇ ਗੱਲ ਕਰਨਾ ਹੈਲੋ ਹਾਂਜੀ ਮੈਂ ਭਗਨ ਅਮਲੀ ਬੋਲਦਾ ਆਉਣ ਵਾਲਾ ਮੰਤਰੀ ਤੇ ਤੁਸੀਂ ਐਂ ਕਰੋ ਵੀ ਇਹ ਸਾਡੇ ਪਿੰਡ ਇੱਥੇ ਸਿੰਘਾਂ ਵਾਲੀ ਗੱਡੀ ਭੇਜੋ ਐਂਬੂਲੈਂਸ ਤੇ ਸਾਡੀ ਮਾਤਾ ਜੀ ਦਾ ਪੈਰ ਤੇ ਸੱਟ ਲੱਗੀ ਬਹੁਤ ਸੀਰੀਅਸ ਆ ਤੇ ਤੁਸੀਂ ਛੇਤੀ ਆਓ ਹਾਂ ਜਿੰਨੀ ਛੇਤੀ ਹੋ ਸਕਦਾ ਤੇ ਤੁਸੀਂ ਫਟਾਫਟ ਆਉਣ ਦੀ ਕੋਸ਼ਿਸ਼ ਕਰੋ ਹਾਂਜੀ ਠੀਕ ਆ ਠੀਕ ਆ ਇੱਕ ਹੋਰ ਆ ਗਿਆ ਜੀ ਇੱਧਰ ਜੀ ਇੱਧਰ 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 ਠੀਕ ਆ ਜੀ ਹੈਲੋ ਹਾਂਜੀ ਹਾਂਜੀ ਉਹ ਕੋਈ ਨਹੀਂ ਅਸੀਂ ਜਲਸੇ ਤੇ ਪਹੁੰਚ ਰਹੇ ਹਾਂ ਅਸੀਂ ਇੱਧਰ ਕਿਸੇ ਦੇ ਘਰੇ ਆਏ ਹਾਂ ਵੋਟਾਂ ਬੱਕੀਆਂ ਕਰਨ ਕੋਈ ਗੱਲ ਨਹੀਂ ਅਸੀਂ ਪਹੁੰਚਦੇ ਹਾਂ ਹਾਂਜੀ ਆਉਣੇ 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 ਹਾਂਜੀ ਤੇ ਤੁਸੀਂ ਕਰਵਾਓ ਨਾ ਜੀ ਮਨ ਹੌਲਾ ਨਾ ਕਰੋ ਚਿੰਤਾ ਨਾ ਕਰੋ ਕਿਸੇ ਵੀ ਚੀਜ਼ ਦੀ ਬਿਲਕੁਲ ਮਨ ਹੌਲਾ ਨਾ ਕਰੋ ਆਪਾਂ ਬਿਲਕੁਲ ਸੈੱਟ ਕਰ ਲਾਂਗੇ ਸਾਰਾ ਕੰਮ ਹਾਂਜੀ ਹਾਂਜੀ ਠੀਕ ਹੈ ਜੀ ਤੇ ਠੀਕ ਆ ਜੀ ਫਿਰ ਠੀਕ ਆ ਜੀ ਹਾਂ ਮੇਰਾ ਚੋਣ ਨਿਸ਼ਾਨ ਹੈਗਾ ਜੀ ਅੰਬ ਠੀਕ ਹੈ ਹਾਂਜੀ ਹਜੇ ਕੱਚਾ ਹੈ ਜੀ ਹਰੇ ਰੰਗ ਦਾ ਪਰ ਜੇ ਤੁਸੀਂ ਬੋਟਾ ਪਾਓਗੇ ਤਾਂ ਇਹ ਅੰਬ ਪੱਕਾ ਹੋ ਜੂਗਾ ਤੇ ਆਪਾਂ ਸਾਰੇ ਰਲ ਕੇ ਖਾਣਾ ਨਾ ਪਕੜਿਆ ਮੰਤਰੀ ਬਣ ਕੇ ਕੀਤੇ ਲੋਕਾਂ ਦੇ ਕੰਮ ਲੈ ਭਾਲਦੀ ਆ ਕੰਮ ਇਹ ਤਾਂ ਲੋਕਾਂ ਦਾ ਲਾ ਕੇ ਵੇਚ ਦਿੰਦੇ ਆ ਚੰਮ ਆ ਤੂੰ ਵੇਖ ਲਾ ਵੋਟਾਂ ਤੋਂ ਪਹਿਲਾਂ ਜਿਹੜੇ ਕਹਿੰਦੇ ਸੀ ਮਨ ਹੌਲਾ ਨਾ ਕਰ ਮਨ ਹੌਲਾ ਨਾ ਕਰ ਬਾਅਦ ਚ ਦੇਖ ਲਾ ਇਹ ਕੀ ਕਹਿੰਦੇ ਆ ਹੈਲੋ ਹਾਂਜੀ ਕੋਈ ਗੱਲ ਨੀ ਸੈਂਟਰ ਚ ਸਾਡੀ ਸਰਕਾਰ ਆ ਤੇ ਚਿੰਤਾ ਨਾ ਕਰੋ ਮੈਂ ਚਾਪਲੂਸੀ ਦੇ ਨਾਲ ਆਪਣੀ ਵੋਟਾਂ ਵੋਟਾਂ ਕਰਕੇ ਕਾਇਮ ਆਪਾਂ ਸਰਕਾਰ ਆਪਣੀ ਬਣਾ ਲਈ ਮੰਤਰੀ ਸਾਹਿਬ ਹਾਂ ਭਾਈ ਹਾਂ ਭਾਈ ਮੰਤਰੀ ਸਾਹਿਬ ਓਏ ਕੌਣ ਹੈ ਭਾਈ ਮੰਤਰੀ ਸਾਹਿਬ ਮਾਤਾ ਦੇ ਸੱਟ ਨਹੀਂ ਲੱਗੀ ਪੈਰ ਤੇ ਪੀਜੀਆਈ ਫੋਨ ਕੀਤਾ ਹੀ ਮੈਨੂੰ ਉਹੀ ਲੱਗਦਾ ਉਹੀ ਆ ਹਾਂ ਭਾਈ ਕੀ ਹੋਇਆ ਮੰਤਰੀ ਸਾਹਿਬ ਬੇਬੇ ਮਰ ਬੇਬੇ ਮਰ ਗਈ ਗਾਹਾਂ ਕਿਤੇ ਇਹਦੀ ਬੇਬੇ ਮੈਂ ਮਾਰੀ ਜਿਹੜਾ ਇੱਥੇ ਆਇਆ ਚੱਲ ਕੋਈ ਨਾ ਪੁੱਤ ਕੋਈ ਨਾ ਜਿਹੜਾ ਇਹ ਦੁਨੀਆ ਤੇ ਆਇਆ ਭਾਈ ਜਿਹੜਾ ਇਹ ਦੁਨੀਆ ਤੇ ਆਇਆ ਭਾਈ ਉਹਨੇ ਤਾਂ ਇੱਕ ਨਾ ਇੱਕ ਦਿਨ ਜਾਣਾ ਹੀ ਆ ਫੇਰ ਕੀ ਹੋਇਆ ਚਲੋ ਭਾਈ ਬਹਾਨੇ ਨਾਲ ਦੋ ਦਿਨ ਰੋ ਕੇ ਤੁਸੀਂ ਆਪਦਾ ਮਨ ਹੌਲਾ ਕਰ ਲਓ ਸਹੀ ਗੱਲ ਆ ਪਕਨਿਆ ਮੰਤਰੀ ਤਾਂ ਭਾਵੇਂ ਤੱਤੇ ਤਵੇ ਤੇ ਬਹਿ ਕੇ ਬੋਲਣ ਤਾਂ ਵੀ ਯਕੀਨ ਨਾ ਕਰੋ ਹੋਲੀਏ ਜੇ ਮਿਲਣਾ ਹੋਵੇ ਮੰਤਰੀ ਨੂੰ ਇੱਕ ਗੱਲ ਰੱਖੀਏ ਯਾਦ ਟਾਈਮ ਹੋਊਗਾ ਸਵੇਰੇ 8 ਵਜੇ ਦਾ ਪਰ ਮਿਲਣਗੇ 5 ਵਜੇ ਤੋਂ ਬਾਅਦ MLA ਜਾਂ MC ਦੇ ਸੈਨ ਹੋਣ ਕਰਾਉਣੇ ਫਿਰ 8-10 ਚੱਕਰ ਦਾ ਆਪਾਂ ਨੂੰ ਪੈਂਦੇ ਹੀ ਆ ਲਾਉਣੇ ਨੌਕਰੀ ਸਰਕਾਰੀ ਜਾਂ ਹੋਰ ਕੰਮ ਲਈ ਸਿਫਾਰਸ਼ ਹੋਵੇ ਪਾਉਣੀ ਫਿਰ ਭਾਈ ਗਾਂਧੀ ਵਾਲੇ ਨੀਲੇ ਨੋਟਾਂ ਦੀ ਭੇਟਾ ਤਾਂ ਪੈਂਦੀ ਆ ਚੜਾਉਣੀ ਸਾਨੂੰ ਪਤਾ ਭੋਲੀਏ ਇੱਥੇ ਬਿਨਾਂ ਰਿਸ਼ਵਤ ਕੋਈ ਨਹੀਂ ਕੁੰਡਾ ਖੋਲਦਾ ਇੱਥੇ ਭਾਵੇਂ ਕਿਸੇ ਨੂੰ ਗੁੱਸਾ ਲੱਗੇ ਪਰ ਭਗਨ ਅਮਲੀ ਸੱਚ ਬੋਲਦਾ ਹਾਂ ਅਮਲੀਆ ਆ ਤੂੰ ਚੰਗੀ ਕੀਤੀ ਜਿਹੜਾ ਗੱਲ ਮੁਕਾਈ ਓ ਤੈਨੂੰ ਹਾਸੀ ਨਹੀਂ ਆਈ ਆਹੋ ਹਾਸੀ ਆਈ ਪਰ ਮੈਂ ਕਦੋਂ ਦੀ ਆਈ ਨਾ ਤੂੰ ਚਾਹ ਪਿਆਈ ਤੇ ਨਾ ਹੀ ਬੀਬੋ ਭੂਆ ਦੀ ਕੋਈ ਕਹਾਣੀ ਸੁਣਾਈ ਓਹੋ ਕੁਰਬਾਨੀ ਕਿਉਂ ਆ ਕੁਰਬਾਨੀ ਕਿਉਂ ਆ ਚੱਲ ਮੈਂ ਤੈਨੂੰ ਚੁੱਲ੍ਹੇ ਤੇ ਚਾਹ ਕਰੜੀ ਜੀ ਪਿਆਉਣਾ ਤੇ ਨਾਲੇ ਬੀਬੋ ਭੂਆ ਦੀ ਕਹਾਣੀ ਸੁਣਾਉਣਾ ਸਾਡੇ ਅਮਲੀਆਂ ਦੀ ਚਾਹ ਬੜੀ ਨਿਰਾਲੀ ਜਿਹੜਾ ਪੀਏ ਹੋਵੇ ਵਧੀਆ ਲੈ ਤੂੰ ਕਹਿੰਦੀ ਸੀ ਬੀਬੋ ਭੂਆ ਦੀ ਕਹਾਣੀ ਸੁਣਨੀ ਆ ਤੇ ਲੈ ਸੁਣ ਇੱਕ ਵਾਰ ਬੀਬੋ ਭੂਆ ਦੇ ਘਰੇ ਆ ਗਏ ਕਿਤੇ ਨੱਚਣ ਵਾਲੇ ਸਰਦਾਰਾ ਵਧਾਈਆਂ ਹੁਣ ਵਧਾਈਆਂ ਰੰਗ ਲੱਗੇ ਰਹਿਣ ਚੱਲ ਪ੍ਰੀਤੀ ਮਿਲਦੀ ਗੁੱਤ ਤੇ ਹਿੱਲੇ
ਐ ਦੱਸ ਵੀ ਤੈਨੂੰ ਕਿਹੜੇ ਕੰਜਰ ਨੇ ਕਿਹਾ ਤੀ ਵੀ ਸਾਡੇ ਬੀਬੂ ਭੂਆ ਕੇ ਮੁੰਡਾ ਜੰਮਿਆ? ਮੈਨੂੰ ਤਾਂ ਗਰਮੇਲ ਬਿਜਲੀ ਵਾਲੇ ਨੇ ਕਿਹਾ ਤੀ ਕਿ ਬੀਬੂ ਭੂਆ ਕੇ ਮੁੰਡਾ ਜੰਮਿਆ। ਓ ਕੰਜਰ ਤੇ ਆ ਸਾਡੇ ਤਾਂ ਦਹੀਂ ਨਹੀਂ ਜੰਮਦੀ, ਮੁੰਡਾ ਕਿੱਥੋਂ ਜੰਮਜੂ? ਇਹ ਘੱਟ ਕੱਪੜੇ ਪਾਉਣ ਵਾਲਿਆਂ ਨੇ ਤਾਂ ਦੇਸ਼ ਦਾ ਬੁਰਾ ਹਾਲ ਕੀਤਾ ਹੋਇਆ। ਸਾਰੀ ਗਲਤੀ ਹੈ ਟੀਵੀ ਵਾਲਿਆਂ ਦੀ ਆ, ਕੁੜੀਆਂ ਜਿਹੋ ਜਿਹੇ ਕੱਪੜੇ ਦੇਖਦੀਆਂ ਉਹੋ ਜਿਹੇ ਪਾਉਂਦੀਆਂ, ਤੇ ਨਾਲੇ ਆ ਵਿਆਹ ਸ਼ਾਦੀ ਵਿੱਚ ਆ ਜਿਹੜੇ ਸੱਭਿਆਚਾਰਕ ਵਾਲੇ ਜਾਂਦੇ ਆ ਨਾ, ਇਹ ਕੁੜੀਆਂ ਨੇ ਤਾਂ ਕੱਪੜੇ ਪਾਉਣ ਤੋਂ ਪਰਹੇਜ਼ ਹੀ ਕੀਤਾ ਹੋਇਆ। ਆ ਕਰਾ ਤਾਂ ਚੇਤੇ ਤੂੰ, ਇਹਨਾਂ ਨੂੰ ਸੱਭਿਆਚਾਰ ਵਾਲੇ ਨਾ ਕਹਿ, ਇਹਨਾਂ ਨੂੰ ਤਾਂ ਅਤਿਆਚਾਰ ਵਾਲੇ ਕਹਿ। ਹੈ ਹਾਂ ਅਤਿਆਚਾਰ ਵਾਲੇ ਨਾ, ਤੂੰ ਵੀ ਤਾਂ ਇਹ ਡੀਜੇ ਵਾਲਾ ਕੰਮ ਕਰਦਾ ਹੀ ਰਿਹਾ, ਨਾਲੇ ਸੁਣਿਆ ਪੈਸੇ ਵੀ ਸੋਹਣੇ ਕਮਾਏ ਆ। ਕਾਹਦਾ ਬਹਿ ਜੇ ਬੇੜਾ ਭੋਲੇ ਸ਼ਰਾਬੀ ਦਾ, ਹੈ ਆ ਜਿਹੜੇ ਨੇ ਮੈਨੂੰ ਉਂਗਲੀ ਲਾਈ, ਹੈ ਮੈਂ ਜਾਣਦਾ ਜਾਂ ਮੇਰਾ ਰੱਬ ਜਾਣਦਾ ਮੈਂ ਕਿੱਦਾਂ ਆਪਦੀ ਜਾਨ ਬਚਾਈ। ਦੂਜਾ ਤੂੰ ਕਮਾਈ ਦੀ ਗੱਲ ਕਰਦੀ ਆ, ਤੂੰ ਆਪ ਦੇਖ ਲੈ ਜਿਹੜੀ ਕੀਤੀ ਮੈਂ ਕਮਾਈ ਆ। ਸੱਭਿਆਚਾਰਕ ਗਰੁੱਪ ਕੀਤਾ ਸੀ, ਉਹ ਇਹ ਤਾਂ ਅਤਿਆਚਾਰ ਕਰੀ ਜਾਂਦਾ। ਉਹ ਫੜੋ ਇਹਨੂੰ, ਉਹ ਭੋਲਾ ਕਿੱਧਰ ਭੱਜਦਾ, ਇਹਨੂੰ ਵੀ ਫੜ ਲੋ। ਅੱਧ ਨੰਗੇ ਜੇ ਕੱਪੜੇ ਪਾ ਕੇ ਨਾਚ ਨਚਾਉਂਦੇ ਨੇ, ਸੱਭਿਆਚਾਰ ਦੇ ਨਾਂ ਤੇ ਅਤਿਆਚਾਰ ਕਮਾਉਂਦੇ ਨੇ। ਅੱਧ ਨੰਗੇ ਜੇ ਕੱਪੜੇ ਪਾ ਕੇ ਨਾਚ ਨਚਾਉਂਦੇ ਨੇ, ਸੱਭਿਆਚਾਰ ਦੇ ਨਾਂ ਤੇ ਅਤਿਆਚਾਰ ਕਮਾਉਂਦੇ ਨੇ। ਵੇਖੋ ਬੀਤੀ ਇੱਕ ਦਿਨ ਇੰਨਾ ਵੱਡੇ ਦੇਸੀ ਚਾਟੀ ਅੰਗਰੇਜ਼ੀ ਮਦਾਣੀ ਤੇ ਮਰ ਜਾਣਿਆ ਕੀ ਬੁਝਾਰਤਾਂ ਜੀਆਂ ਪਾਉਣ ਲੱਗ ਗਿਆ। ਉਹ ਲੈ ਫਿਰ ਸੁਣ, ਆ ਦੇਸੀ ਚਾਟੀ ਤਾਂ ਹੋ ਗਈ ਆਪਣੇ ਪੰਜਾਬੀ ਸਿੰਗਰ ਜਿਹੜੇ ਪੰਜਾਬੀ ਗੀਤ ਗਾਉਂਦੇ ਆ, ਤੇ ਆਪਣੇ ਵੀਡੀਓ ਦੇ ਵਿੱਚ ਅੰਗਰੇਜ਼ੀ ਤੜਕੇ ਲਾਉਂਦੇ ਆ। ਮੇਰਾ ਮਤਲਬ ਵੀ ਆਪਣੇ ਜਿਹੜੀ ਆ ਪੰਜਾਬੀ ਕੁੜੀਆਂ, ਇਹਨਾਂ ਦੇ ਲੱਚਰ ਜਿਹੇ ਕੱਪੜੇ ਪਵਾ ਕੇ ਨਚਾਉਂਦੇ ਆ।
ते पैसियां दी चमक दमक दे विच अपनी मां बोली पंजाबी दा सिर शर्म नाल चकाउंदे आ। कौन नजर ला रहा तेनू? कुछ नी कुछ नी, मेरी खिची भी फोटो थी जेडी, मैं ओदे नाल गल्लां कर लो। आहो सच, तू तो फोटोग्राफी दा भी काम कीता सी ना, की गल मर जाणिया हुण छड़ता? ओ छड़ कानू दिया, वो तो लोगों ने छड़ाता आ सभ्याचारक प्रोग्राम वालिया वाग, आ जिदा उत्थे कटाई खाई इदा ही इतने भी मैं एक पंगा ला बैठे सी। वो आया भी साढ़े पिंड वाला कालू गदीला किते एदा बड़ा मर गया। शराबी मेरी दुकान ते आ गया, मैनू कहिंदा भगनिया, कहिंदा असीं बुढ़े दियां फोटोआं तरवाउणियां। मैं चल कोई नी, मैं चलदा तेरे नाल, मैं ओदे नाल घरे चलिया गया। फिर खिचती कादी खिचती, जदों मैं उहनां दे घरे गया जाके देखे उत्थे दा पिट स्यापे पैण, बैण पैण, रोण चिकण, मैं देख ला फिर टाइम जिहा हो के विच जी नूं वड़ के भीड़ गए। अच्छा, अगे जाके लग्गिया जदों फोटो उतारन, बस फिर देख ला भोग ने जवानी फस गई। की गल की होया? ओही फोटोग्राफर वाली माड़ी आदत, मैं देख ला उहनां दे बुढ़े दी जदों फोटो लग्गिया खिच्चण। आहो अमलिया, ए फोटोग्राफर भी अपनी आदत तो मजबूर ही हुंदे आ। ਉਹ ਕੱਲੇ ਫੋਟੋਗ੍ਰਾਫਰ ਨਹੀਂ, ਹੋਰ ਵੀ ਕਈ ਬੰਦੇ ਆ, ਜਿਵੇਂ ਸਾਡੇ ਪਿੰਡ ਵਾਲਾ ਸਿੱਧੂ ਮਲੰਗ, ਇਹ ਵੀ ਆਪਣੀ ਆਦਤ ਤੋਂ ਬਾਲਾ ਮਜਬੂਰ ਨੇ। ਨਾਉਣੇ ਕੀ ਹਰਕਤ ਕਰਤੀ? ਉਹ ਦੇਖ ਲਾ ਭਾਈ, ਮੈਂ ਤਾਂ ਮਰਗਤ ਵਾਲੇ ਘਰੇ ਪੰਗਾ ਲਿਆ ਸੀ। ਆਹੋ, ਉਹਨੇ ਪਤੰਦਰ ਨੇ ਤਾਂ ਜਾ ਕੇ ਥਾਣੇ 'ਚ ਪੰਗਾ ਲੈ ਲਿਆ। ਥਾਣੇ? ਹਾਂ, ਥਾਣੇ 'ਚ ਜਾ ਕੇ ਕਹਿੰਦਾ ਮੈਂ ਥਾਣੇਦਾਰ ਨਾਲ ਯਾਰੀ ਪਾਉਣੀ ਹੈ, ਤੇ ਥਾਣੇ ਚਲਿਆ ਗਿਆ। ਅੱਗੇ ਉਹੀ ਆਪਦੀ ਆਦਤ ਤੋਂ ਮਜਬੂਰ, ਥਾਣੇਦਾਰ ਨੂੰ ਪੁੱਠਾ ਬੋਲ ਬੈਠਿਆ, ਤੇ ਬਾਕੀ ਤੂੰ ਦਾ ਹਾਲ ਆਪ ਜੀ। ਗੱਲ ਸੁਣ ਜਨਾਬ। ਹਾਂਜੀ। ਅੱਜ ਰਾਤ ਨੂੰ ਤੇਰੀ ਡਿਊਟੀ 8 ਵਜੇ ਗੰਦੇ ਨਾਲੇ ਕੋਲੇ। ਜਨਾਬ ਕਿੱਥੇ ਲਾਤੀ ਜੇ? ਕਿਉਂ? ਉਹ ਤੇ ਮੁਸ਼ਕ ਹੀ ਬੜਾ ਆਉਂਦਾ। ਮੈਂ ਪਰਫਿਊਮ ਛੜਕਦੇ ਆ ਸਾਰੇ ਮੁਸ਼ਕ ਦੇ। ਉਹ ਇੰਨੀ ਲਾ ਦੋ ਜੀ, ਮੈਂ ਕੁੜੀਆਂ ਵਾਲੇ ਕਾਲਜ ਦੇ ਲਾ ਦਿੰਦਾ। ਨਹੀਂ, ਬਦਮਾਸ਼ੀ ਕਰੇਗਾ, ਫੀਤੀਆਂ ਲਵਾਏਗਾ ਮੇਰੀਆਂ। ਹਾਂ ਗੱਲ ਸੁਣ, ਤੂੰ ਕੁੜੀਆਂ ਦੇ ਕਾਲਜ ਕੋਲੇ ਕੋਈ ਸ਼ਰਾਰਤ ਹੋਈ, ਕਿਸੇ ਧੀ ਭੈਣ ਛੇੜਦੀ, ਤੂੰ ਜ਼ਿੰਮੇਵਾਰ ਆ। ਤੜਕੇ ਮੈਂ ਲਾ ਦੋ ਡਿਊਟੀ ਜੀ। ਓ ਚੁੱਪ ਕਰ, ਆਹ ਬੋਦੀਆਂ ਕਿਵੇਂ ਵਾਈਆਂ? ਠੀਕ ਆ ਜਨਾਬ। ਸਤਿ ਸ਼੍ਰੀ ਅਕਾਲ। ਅੱਜ ਤਾਂ ਬੜੀ ਟੌਰ ਕੱਢੀ ਜਨਾਬ। ਲੈ, ਸਰਕਾਰ ਹੈ, ਗਵਰਨਮੈਂਟ ਹੈ, ਸਾਡੀ ਟੌਰ ਨਾ ਹੋਊ ਤਾਂ ਤੇਰੇ ਅੱਗੇ ਮੰਗਦਿਆਂ ਦੀ ਹੋਊ ਏ। ਪੱਗ ਵੀ ਪੋਚਵੀਂ, ਬਿਲਕੁਲ ਮੁੱਛ ਵੀ ਖੜੀ। ਲੈ ਦੱਸ। ਪਰ ਇੱਕ ਗੱਲ ਨਹੀਂ ਜੀ, ਕਿਹੜੀ ਹੋਏ? ਆਪਦੀਆਂ ਜੇਬਾਂ 'ਚ ਹੱਥ ਪਾਈ ਬੈਠੇ ਆ। ਨਾ ਹੋਰ ਤੇਰੇ ਪਿਓ ਦੀਆਂ 'ਚ ਪਾਵਾਂ ਓਏ। ਉਹ ਅੱਗੇ ਤਾਂ ਲੋਕਾਂ ਦੀਆਂ ਜੇਬਾਂ 'ਚ ਹੁੰਦੇ ਆ। ਐਨਕ ਤਾਰਖਾਂ, ਐਨਕ ਤਾਰ, ਪੁੱਛਾਂ ਇਹਨੂੰ ਕਿਵੇਂ ਦੀ ਦਾ ਇਹਨੂੰ। ਅਲਾ ਓਏ ਕਾਕਾ, ਟੀਚਰ, ਗਵਰਨਮੈਂਟ ਨੂੰ ਟੀਚਰ ਓਏ, ਸਰਕਾਰਾਂ ਨੂੰ ਟੀਚਰ, ਸਰਕਾਰਾਂ ਨੂੰ ਟੀਚਰ, ਸਰਕਾਰਾਂ ਨੂੰ ਟੀਚਰ, ਰਾਮ ਜਾਂਦੇ ਆ ਸਰਕਾਰਾਂ ਨੂੰ ਟੀਚਰ। ਬੋਲ ਕੁਛ, ਬੋਲ ਕੁਛ, ਪਿਓ ਆਖ, ਪਿਓ, ਪਿਓ ਆਖ, ਬੇਬੇ, ਬੇਬੇ ਨਹੀਂ ਮੈਂ, ਪਿਓ ਆਖ, ਪਿਓ ਬਾਪੂ 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 ਆਖ। ਓਏ ਹੋਏ, ਓਏ ਖੜਾ ਹੋ, ਸਾਰਿਆਂ ਨਵਾਬ ਬਣਿਆ ਬੈਠਾ ਕੁਰਸੀ ਤੇ, ਕੁਰਸੀ ਡਾ ਹੋਏ, ਹੱਦ ਹੋਈ ਪਈ ਆ। ਕੰਜਰ ਦਾ ਪੁੱਤਾ ਰੋਜ਼ ਬਹਿ ਜਾਣਾ, ਜੋਰ ਮੇਰਾ ਲੱਗ ਗਿਆ। ਹਾਂ, ਉੱਤੇ ਵਹਿੰਦੇ ਨੀ ਸਿਕਿਉਰਿਟੀ ਨੀ ਵਹਿੰਦੇ?
ਅਫਸਰ ਆ ਤੁਹਾਡਾ ਓਏ ਹਾਏ ਰੱਬਾ ਗੱਲ ਸੁਣਾ ਕੰਜਰ ਦੇ ਆ ਕੱਟਿਆ ਜਿਆ ਘੰਟੇ ਦੋਹਾਂ ਦਾ ਕੁੱਟ ਖਾਈ ਜਾਣਾ ਮੈਨੂੰ ਉਹਨਾਂ ਦਾ ਬਾਪੂ ਆ ਹੁੰਦਾ ਓਏ ਮੈਨੂੰ ਪਹਿਲਾਂ ਪੁਰਾਣੀ ਕਹਾਵਤ ਨਹੀਂ ਯਾਦ ਆਈ ਜਨਾਬ ਕਿਹੜੀ ਓਏ ਵੀ ਲੋੜ ਪੈਣ ਤੇ ਗਧੇ ਨੂੰ ਵੀ ਬਾਪੂ ਕਹਿ ਲਈ ਵੇ ਪਕਨਿਆ ਉਹਨੇ ਵੀ ਤੇਰੇ ਵਾਂਗੂ ਆਦਤ ਤੋਂ ਮਜਬੂਰ ਚੰਗੀਆਂ ਜੁੱਤੀਆਂ ਖਾਦੀਆਂ ਫਿਰ ਉਹ ਆਦਤ ਤੋਂ ਮਜਬੂਰ ਅਸੀਂ ਨਹੀਂ ਆਦਤ ਤੋਂ ਮਜਬੂਰ ਆ ਦੁਨੀਆ ਸਾਰੀ ਭਾਵੇਂ ਕੋਈ ਬੰਦਾ ਪ੍ਰਾਈਵੇਟ ਆ ਭਾਵੇਂ ਕੋਈ ਅਫਸਰ ਆ ਸਰਕਾਰੀ ਡਰਾਈਵਰ ਦੀ ਆਦਤ ਮੁੜ ਮੁੜ ਸ਼ੀਸ਼ਾ ਤੱਕਣਾ ਵਕੀਲ ਦੀ ਆਦਤ ਹਰ ਗੱਲ 'ਚ ਓਹਲਾ ਰੱਖਣਾ ਉਹਦੀ ਆਦਤ ਹੁੰਦੀ ਹੈ ਤੱਕਣਾ ਆਸਾ ਪਾਸਾ ਤੇ ਉਂਗਲ ਲਾਉਣ ਵਾਲੇ ਦੀ ਆਦਤ ਹੁੰਦੀ ਹੈ ਪਾਸੇ ਖੜ ਕੇ ਵੇਖਣਾ ਤਮਾਸ਼ਾ ਤੇ ਲਾਲੇ ਦੀ ਆਦਤ ਹੁੰਦੀ ਹੈ ਘੱਟ ਤੋਲਣਾ ਤੇ ਭਗਨੇ ਅਮਲੀ ਦੀ ਆਦਤ ਹੈ ਸੱਚ ਬੋਲਣਾ ਅਮਲੀਆ ਤੂੰ ਲੋਕਾਂ ਦੀਆਂ ਤਾਂ ਬਥੇਰੀਆਂ ਗੱਲਾਂ ਸੁਣਾਤੀਆਂ ਹੁਣ ਆਪਣੇ ਵਿਆਹ ਦੀ ਵੀ ਕੋਈ ਗੱਲ ਸੁਣਾ ਦੇ ਆ ਮੈਨੂੰ ਤਾਂ ਸੰਗ ਦੀ ਆਉਂਦੀ ਆ ਮੈਨੂੰ ਨਹੀਂ ਵਿਆਹ ਦੀ ਗੱਲ ਜਾ ਵੇ ਆਉਂਦੀ ਆ ਸੰਗ ਨਾ ਗੱਲ ਆਇਆ ਵੀ ਮੇਰਾ ਨਾ ਰਿਸ਼ਤਾ ਪਿੰਡ ਵਾਲਿਆਂ ਨੇ ਰਲ ਰੋਲ ਕੇ ਕਰਾਤਾ ਅੱਛਾ ਤੇ ਜਿੱਦਣ ਮੇਰਾ ਵਿਆਹ ਸੀ ਦੇਖ ਲਾ ਵੀ ਮੈਂ ਵਧੀਆ ਲੀੜੇ ਪਾ ਕੇ ਟੋਰ ਸ਼ਾਵਰ ਜੀ ਕੱਢ ਕੇ ਆ ਪਰਫਿਊਮ ਜਿਹਾ ਲਾ ਕੇ ਵਧੀਆ ਫਸਟ ਕਲਾਸ ਅੱਛਾ ਨਾਲ ਮੇਰਾ ਜੁੰਡੀ ਦਾ ਯਾਰ ਭੋਲਾ ਸ਼ਰਾਬੀ ਆਹੋ ਪੀਟਰੀ ਤੇ ਚੜ੍ਹ ਕੇ ਅਸੀਂ ਜਦੋਂ ਲੱਗੇ ਘਰੋਂ ਨਿਕਲਣ ਪਿੰਡ ਦਾ ਕੋਈ ਮੋਹਤਬਰ ਬੰਦਾ ਤਾਂ ਮੇਰੇ ਨਾਲ ਤੁਰਿਆ ਨਹੀਂ ਪਰ ਪਿੰਡ ਦੀ ਆ ਜਿਹੜੀ ਸਾਡੀ ਕਰਚੂਂਡ ਸੀ ਨਿਆਣੇ ਸੀ ਜਿੰਨੇ ਆਹੋ ਇਹਨਾਂ ਨੂੰ ਮੈਂ ਨਾਲ ਲੈ ਗਿਆ ਸਾਰੇ ਨੂੰ ਇਕੱਠੇ ਕਰ ਅੱਗੇ ਜਾ ਕੇ ਮੇਰੀ ਸਾਲੀਆਂ ਦਾ ਲੀਵਨ ਵਾਲਾ ਨਾਕਾ ਲੱਗਿਆ ਅੱਛਾ ਨਾਕਾ ਕੱਟਿਆ ਉਹ ਤੋਂ ਬਾਅਦ ਮੂਰੇ ਚਾਹ ਦਾ ਇੰਤਜ਼ਾਮ ਕੀਤਾ ਸੀ ਉਹਨਾਂ ਨੇ ਧਰ ਕੇ ਕਰਨਾ ਹੀ ਸੀ ਫੇਰ ਦੇਖ ਲਾ ਬਸ ਇੱਕ ਜਗ੍ਹਾ ਆ ਕੇ ਥੋੜਾ ਜਿਹਾ ਕਰੂਟਾ ਹੋ ਗਿਆ ਉਹ ਭੋਲਿਆ ਤੂੰ ਕਿੱਧਰ ਨਿਗਾਹ ਗੜਾਈ ਬੈਠਾ ਹੈ ਉਹ ਭਗਨਿਆ ਹਾਂ ਉਹ ਮੈਨੂੰ ਹੋ ਗਿਆ ਪਿਆਰ ਹਾਂ ਉਹ ਦੇਖ ਸਾਹਮਣੇ ਬੈਠੀ ਉਹ ਮੇਰੇ ਯਾਰ ਮੈਨੂੰ ਹੋ ਗਿਆ ਪਿਆਰ ਮੇਰਾ ਕਰ ਟਾਂਕਾ ਫਿੱਟ ਉੱਥੇ ਚੱਲ ਤੂੰ ਗੋਰਿਆ ਐ ਕਰ ਇਹਨੂੰ ਰੱਖ ਤੇ ਤੂੰ ਨਾ ਜਾ ਮੇਰੀ ਸਾੜੀ ਨੂੰ ਬੁਲਾ ਕੇ ਦੇ ਜਾ ਫਿਰ ਮੈਂ ਇਹਦੇ ਵਿਆਹ ਦੀ ਗੱਲ ਅਜੇ ਵੀ ਭਗਨਿਆ ਦੇਖ ਉਹ ਹੱਸ ਹੱਸ ਵਿੰਦੀ ਆ ਮੈਨੂੰ ਲੱਗਦਾ ਸੜਿਆ ਤੇਰਾ ਮੂੰਹ ਦੇਖ ਕੇ ਹੱਸਦੀ ਆ ਉਹ ਨਹੀਂ ਭਗਨਿਆ ਜਦੋਂ ਆਪਾਂ ਸਵੇਰੇ ਆਏ ਆ ਹਾਂ ਚਾਹ ਪੀਣ ਗਏ ਆਹੋ ਤਾਂ ਵੇਖ ਵੇਖ ਹੱਸਦੀ ਸੀ ਅੱਛਾ ਫਿਰ ਆਪਾਂ ਨੰਦਾ ਦੇ ਗਏ ਆਹੋ ਉੱਤੇ ਫਿਰ ਵੇਖ ਵੇਖ ਕੇ ਹੱਸਦੀ ਸੀ ਅੱਛਾ ਤੇ ਹੁਣ ਜਦੋਂ ਇੱਥੇ ਰੋਟੀ ਖਾਣ ਆਏ ਆ ਉਹ ਫੇਰ ਵੇਖ ਵੇਖ ਹੱਸਦੀ ਸੀ ਅੱਛਾ ਉਹ ਵੇਖ ਤੁਰੀ ਆਉਂਦੀ ਆ ਫੇਰ ਹੱਸ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਗੱਲ ਆਇਆ ਵੀ ਸਾਲੀ ਸਾਹਿਬ ਵੀ ਮੇਰਾ ਨਾ ਆ ਯਾਰ ਆ ਭੋਲਾ ਸ਼ਰਾਬੀ ਤੇ ਇਹਨੂੰ ਨਾ ਤੇਰੇ ਨਾਲ ਪਿਆਰ ਹੋ ਗਿਆ ਤੇ ਤੂੰ ਨਾ ਇਹਦੇ ਨਾਲ ਵਿਆਹ ਕਰਾ ਲੈ ਮੈਂ ਪੈਗਲ ਆਉਣ ਗਿਆ ਉਦੋਂ ਇਹ ਮਗਰ ਗਈ ਸੀ ਤੇ ਜਦੋਂ ਇਹ ਰੋਟੀ ਖਾਣ ਗਿਆ ਤਾਂ ਵੀ ਤੂੰ ਇਹਦੇ ਮਗਰ ਗਈ ਸੀ ਜਦੋਂ ਸਵੇਰ ਦੀ ਤਾਂ ਤੂੰ ਇਹਦੇ ਤੇ ਨਿਗਾਹ ਰੱਖੀ ਫਿਰਦੀ ਆ ਹੁਣ ਕਹਿੰਦੀ ਮੈਂ ਇਹਦੇ ਨਾਲ ਵਿਆਹ ਨੀ ਕਰਾਉਣਾ ਕਰਮ ਲਿਖਤੇ ਰੱਬ ਨੇ ਮੇਰੇ ਆ ਪਹਿਲੇ ਦਿਨ ਘਰ ਵਾਲੀ ਨਾਲ ਵੀ ਪੰਗਾ ਪੈ ਗਿਆ ਸੀ ਕਿਉਂ ਕੀ ਹੋ ਗਿਆ ਘਰ ਵਾਲੀ ਨਾਲ ਪੰਗਾ ਐ ਹੋਇਆ ਵੀ ਮੇਰਾ ਜਦੋਂ ਹੋਇਆ ਵਿਆਹ ਮੈਂ ਆਪਦੇ ਘਰ ਵਾਲੀ ਕੁੜੀ ਜਦੋਂ ਪਹੁੰਚਿਆ
घर वाली बैठी मैं बढ़िया जाके कूल बह गया पांच सात गल्ला मारू डार्लिंग डार्लिंग। अच्छा और कोई गल बात सुना तू वीरे पांडे वाली आंदे गाला गाला वीरा किनु कहंगे तू हैं रोज रोना रोना कोई गल नहीं गाल नहीं आई नहीं कह कर दे वीरा नहीं कह कर दे मैं तेरे घर वाला तेनु समझ नहीं लगी और गल कर कोई होर होर पांडे मांजने आंदे चल कोई नहीं मैं तेरे वास्ते भांडे भी मान लूंगा कोई गल नहीं मैं भांडे मान लूंगा भी मैं तेरी सारिया जिन्हिया भी डिमांडा पूरिया करूंगा पर अज की रात ना सिर्फ अज की रात तू मैनू खुश कर दे मैं सारी उम्र तेनू खुश करूंगा वे की क्या फिर होने करना की है कंजर दी सारी रात पूरे कुट कटाड़ी कटी पकना अमली पगना अमली पगना अमली सच बोलदा भेद खोलदा पगना अमली वे पकनिया गल्लां तां बाद च वी कर लांगे पहलां दो दो रोटियां खा लिए ना दो दो तेरे वालियां के दो दो मेरे वालियां रोटियां खानियां तू की मतलब ओ मतलब मेरा बिल्कुल साफ है भी एक बार दी गल आ मेरा यार भूला शराबी मैं भोले दे घरे चलिया गया उन्हें चंगी आओ भगत कीती मैनू अंदर बिठा लिया हाँ बिठाना ही सी कहिंदा पकनिया चाह पीवेगा के पहला रोटी खाएंगे तू आए कर रोटियां मंगा ला दो दो फटाफट ते उन्हें आपदे घर वाली नु किते आवाज मार प्रकाश करे पकना अमली आया मेरा जोंडी रा यार एडे दो दो रोटियां खानियां ले आ फटाफट फिर ओदे घर वाली रोटी ले आई एक गेड़ा मारिया ओ बोले आए का दो और मंगाला अ प्रकाश करे दो गेड़े मारे ओने ता देख ला गेड़ी ते गेड़ा बनता ते तू इन्निया रोटियां खा गया इन्निया रोटियां खा गया ओना दी ता आप च खासी तू तू मैं हो गई भोले नु ने रसोई च बुला लिया ले खा दे रोटियां तेन दो खानिया आ देख मैं दो दो जोड़ के खाई अच्छा तू दो दो रोटियां जोड़ के खांदा सी आहो आहो ताई मैं तेनु पुछिया तेनु पता अपनी खुराक चंगी है मैं ता 24 घंटियां चो तीन बारी दिन च रोटी मुर्गे नाले खाई दी तीन बारी वे लोग ता मंगियाई च एक टाइम मुर्गे नाल मसा खांदे आ तू तीन तीन टाइम किवें खा लेना नहीं ते एक टाइम नहीं खा सकदे सवेरे खाई दी आ दोपहरे खाई दी आ शाम नु खाई दी आ पता तीन टाइम मुर्गे नाल रोटी खाने ओ किवें ਆਪਾਂ ਮੁਰਗੇ ਨਾਲ ਰੋਟੀਆਂ ਆਏ ਖਾਈ ਦੀ ਆ ਵੀ ਇਧਰਲੇ ਪਾਸੇ ਮੁਰਗਾ ਤੇ ਇਧਰ ਆਪਾਂ ਇੱਕ ਬੁਰਕੀ ਮੁਰਗੇ ਦੇ ਮੂੰਹ ਚ ਇੱਕ ਬੁਰਕੀ ਮੇਰੇ ਮੂੰਹ ਉਹ ਵੀ ਨਾ ਫਿਰ ਮੁਰਗੇ ਨਾਲ ਰੋਟੀ ਖਾਦੀ ਓਏ ਦੁੱਖ ਦੇਣੀ ਕਾਹਨੂੰ ਛੇੜਦੀ ਏ ਇਹਨੂੰ ਵੇ ਕੀ ਹੋਇਆ ਇੱਥੇ ਆ ਕਰਨੈਲ ਸਿੰਘ ਸਰਪੰਚ ਦੇ ਘਰੇ ਚਲਿਆ ਗਿਆ ਉਹਨਾਂ ਦੀ ਮੱਝ ਦੇ ਕਿਤੇ ਮੁੰਡਾ ਹੋਇਆ ਵੇ ਮੱਝ ਦੇ ਮੁੰਡਾ ਉਹ ਕੱਟਾ ਹੋਇਆ ਮਤਲਬ ਕਹਿਣ ਦਾ ਮੇਰਾ ਜਾਵੇ ਮੈਂ ਚਲਿਆ ਗਿਆ ਪਾਲਟੀ ਲੈਣ ਉਹਨਾਂ ਦੇ ਘਰ ਆਏ ਸਰਪੰਚ ਸਾਹਿਬ ਬਈ ਥੋੜੀ ਪਿੰਡ ਦੇ ਵਿੱਚ ਇੰਨੀ ਚੜਾਈ ਆ ਦੇਖ ਲਾ ਵੀ ਸਾਰੇ ਬੰਦਿਆਂ ਨੂੰ ਪਤਾ ਵੀ ਸਰਪੰਚ ਕਰਨੈਲ ਸਿੰਘ ਦੀ ਮੱਛ ਤੇ ਜਿੰਬੂ ਖੜਦਾ ਤੇ ਦੇਖ ਲਓ ਵੀ ਹੁਣ ਅਸੀਂ ਤਾਂ ਤੁਹਾਡੇ ਨਾਲ ਹੀ ਬਹਿ ਕੇ ਭਾਈ ਤੁਹਾਡੀ ਦਿੱਤੀ ਦਾਰੂ ਪੀਣੀ ਆ ਫਿਰ ਹੁਣ ਐਂ ਕਰੋ ਹੁਣ ਦੇਖੋ ਨਾ ਇੱਕ ਪੈਗ ਪਾਏ ਦੋ ਆਪਣੀ ਇਲਾਕੇ 'ਚ ਜਿੰਨਾ ਚਿਕਰ ਹੈਗੀ ਆ ਪੂਰੀ ਅੱਖਾਂ ਹਾਂ ਬਈ ਬੱਲੇ ਬੱਲੇ ਬਈ ਸਰਪੰਚ ਕਰਨੈਲ ਸਿੰਘ ਦੀ ਜਿੰਦਾਬਾਦ ਜਿੰਦਾਬਾਦ ਲਾਲ
सरपंचा तेरी दारू असी पींदे जरूर हां पर तू ये ना समझ भी असी ते तो डरते हैं पर डरना भी पैंदा तू सरपंच है साडे पिंड दा असी ताई तेन उंगलियां कर कर के तेरे कन्न गल कर दिया पर फिर भी तू साडा सरपंच है वही हुण एक पैग धर्म नाल होर पासे देख फिर जिंदगी दे नजारे आउंदे आ कितना नजारा अमलिया तू रोज चित्र खाना एदे नाल दा चंगा तू शराब ही छड़ दे इन्दी शराब छड़ दे ओ कीदी कीदी सुन ला घर वाली ओ छड़ गई मैनू न्याणे मेरे आन तो पहले ही मैनू छड़ गए है पंचायत वाले ओ छड़ गए पिंड वाले कहंदे आ तू भुक्की छड़ दे ओ कीदी कीदी सुन ला चिड़च की अच्छा है
फेंकी है, फेंकी भी तो गल बनी जावे। चल ठीक है, मुंह चो निकलती नहीं आवाज। हाय हाय, तू ही बोल पे, तू बोल पे कुछ। देखी मैं चाडू मारी जी थले। हाय हाय, अपनी तो भैने वर्गी लगती है। बुलंदियां मारिया गल्लां छड़ दे तू। एक बार दी गल आ, भाई साडे मुल्क च लगी सी लड़ाई। अच्छा, चारे पासे देख ला फौजी टैंकां दे चढ़े फरन, कोई उधर तुरिया फिरे उधर तुरिया फिरे। ते मेरे दिल च भी अपने देश प्रति जज्बा पैदा हो गया। ते मैं अपने कैंप च जाके कपड़े कुपड़े पाए, जदों अपने पैंट फैट हो के टुप्पी टुप्पी ला के मैं फौज दे वड्डे साहब कोल चला गया। वे सच्ची? हाँ, जाके मैं कहा जनाब। जय हिंद। जनाब, जिदा थानू पता ही है भी साडे मुल्क दे विच लड़ाई लगन दे चांस बने पए आ, फौजी टैंकां दे चढ़े बैठे आ। ते मेरा भी फर्ज बनदा मैं अपने देश के वास्ते कुछ करा। तो तुसी मैनू 3 महीने की छुट्टी दे दो। वे ए भी विच्चे छड्डे आया, कोई काम तो पूरा करया कर। कहदी कोई काम तो पूरा करया कर, एक काम मां जेड़ा मैं रोज पूरा करके पैना। वे ओ की आ देख, देसी दी बोतल रोज पूरी दी पूरी पी के खाली करके सोना। वे माड़े काम तो तू बथेरे पूरे कर लेना, चंगे कम्मा नु ही कहना अजे होना। ओ आही ता सब तो वड्डा रोना, सरकार रोज बदल दी है पर काम ता अजे होना। ए पुलिस वाले सेक्स स्कैंडलां च फस गए, सीबीआई ने कीती जांच, कहंदे फैसला ता अजे होना। घर वाली मैटरनिटी हस्पताल च दाखल है, डॉक्टर ने ले ली पार्टी। बंदा पुछदा की होया, कहंदे जी बच्चा तो हजे होना। क्रिकेट का मैच चलता, दो अंपायर खड़े हैं, कहंदे फैसला तो अजे तीजे अंपायर का होना। आ लालू ने रेल का किराया घटाता, बिहार तो पंजाब च भैया बसाता, ये कहंदे पंजाब च भइया का रास्ता हजे होना। गरीब सोचता सरकार बदल गई रेट घटणगे, पर कणक का रेट 2000 रुपये हजे होना। कुड़िया नू कुखां च मारी जांदे आ, मुंडियां लई कुड़ियां लभी जांदे आ, समलिंगी ब्याहां दा काम पंजाब च हजे होना अजे होना। आपां सारिया ने अपनी अखां च मुक्कियां दे के अजे रोना अजे रोना अजे रोना। I'm gonna...